ਸਤਿ ਸ਼੍ਰੀ ਅਕਾਲ, ਮੈਂ ਹਰਮਨ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ 'ਤੇ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਸੁਖਦੇਵ ਸਿੰਘ ਸਹਿਬਾਜਪੁਰੀ ਦਾ ਦੇਹਾਂਤ। ਅਮਰੀਕਾ ਤੇ ਈਰਾਨ ਵਿੱਚ ਵੱਧ ਰਹੇ ਤਣਾਅ ਕਾਰਨ ਵੱਧ ਸਕਦੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ। ਬਠਿੰਡਾ 'ਚ ਸਹੁਰੇ ਘਰ ਆਏ ਜਵਾਈ ਵੱਲੋਂ ਹੰਗਾਮਾ, ਗੁਆਂਢੀਆਂ ਦੇ ਲੜਕੇ ਦੀ ਮੌਤ। ਢਾਬੇ ਤੇ ਖਾਣੇ ਦੇ ਬਿੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਨੌਜਵਾਨ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਸਹਿਬਾਜਪੁਰੀ ਦਾ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਹਿਬਾਜਪੁਰੀ ਬੇਅੰਤ ਸਿੰਘ ਸਰਕਾਰ ਸਮੇਂ ਪੰਜਾਬ ਦੀ ਵਜ਼ਾਰਤ ਵਿੱਚ ਸ਼ਾਮਿਲ ਸਨ। ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਦੇਵ ਸਿੰਘ ਸਹਿਬਾਜਪੁਰੀ ਦਾ ਦੇਹਾਂਤ ਹੋ ਗਿਆ। ਜਾਣਕਾਰੀ ਦੇ ਮੁਤਾਬਕ ਸਹਿਬਾਜਪੁਰੀ ਬਿਮਾਰੀ ਦੇ ਚੱਲਦੇ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਸਨ, ਜਿੱਥੇ ਦੇਰ ਸ਼ਾਮ ਉਹਨਾਂ ਅੰਤਿਮ ਸਾਹ ਲਏ। ਉਹਨਾਂ ਦੇ ਮੌਤ ਦੀ ਖਬਰ ਤੋਂ ਬਾਅਦ ਜੱਦੀ ਪਿੰਡ ਗੋਇੰਦਵਾਲ ਸਾਹਿਬ ਦੇ ਵਿੱਚ ਸੋਗ ਦੀ ਲਹਿਰ ਹੈ। ਇੱਥੇ ਦੱਸ ਦਈਏ ਕਿ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਪਿੰਡ ਦੇ ਹੀ ਸ਼ਮਸ਼ਾਨ ਘਾਟ 'ਚ ਅੱਜ ਦੁਪਹਿਰ 1 ਵਜੇ ਕੀਤਾ ਜਾਵੇਗਾ। ਅਸਰਾ ਸੁਖਦੇਵ ਸਿੰਘ ਜੀ ਸਹਿਬਾਜਪੁਰੀ, ਜਿਹੜੇ ਕਿ ਸਾਬਕਾ ਵਜ਼ੀਰ ਹੈ ਪੰਜਾਬ ਸਰਦਾਰ ਬੇਅੰਤ ਸਿੰਘ ਦੀ ਵਜ਼ਾਰਤ ਵਿੱਚ, ਉਹਨਾਂ ਦਾ ਸਾਮੀ 5 ਵਜੇ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਸੁਖਦੇਵ ਸਿੰਘ ਸਹਿਬਾਜਪੁਰੀ ਪੰਜਾਬ ਕਾਂਗਰਸ ਦੇ ਕਈ ਵੱਡੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ, ਜਿਨ੍ਹਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਵਿੱਚ ਸੋਗ ਦੀ ਲਹਿਰ ਹੈ। ਗੋਇੰਦਵਾਲ ਸਾਹਿਬ ਤੋਂ ਅੰਤਰਪ੍ਰੀਤ ਸਿੰਘ, ਦੈਨਿਕ ਸਵੇਰਾ ਟੀਵੀ। ਅਮਰੀਕਾ ਤੇ ਈਰਾਨ ਵਿੱਚ ਵੱਧ ਰਹੇ ਤਣਾਅ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਇਸ ਦਾ ਅਸਰ ਹੋਰ ਵਸਤਾਂ ਤੇ ਵੀ ਪੈ ਸਕਦਾ ਹੈ ਤੇ ਭਾਰਤ ਵਿੱਚ ਮਹਿੰਗਾਈ ਵੱਧ ਸਕਦੀ ਹੈ। ਈਰਾਨ ਤੇ ਅਮਰੀਕਾ ਦੇ ਤਣਾਅ ਦਾ ਭਾਰਤ ਤੇ ਪੈ ਸਕਦਾ ਹੈ ਅਸਰ? ਕੀ ਹੋਰ ਮਹਿੰਗਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ? ਕੀ ਪੂਰੇ ਦੇਸ਼ 'ਚ ਵੱਧ ਸਕਦੀ ਹੈ ਮਹਿੰਗਾਈ? ਡੀਜ਼ਲ ਪਿਛਲੇ 17 ਦਿਨਾਂ ਦੇ ਵਿੱਚ 2.36 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ, ਜਦਕਿ ਪੈਟਰੋਲ 82 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋ ਗਿਆ, ਜਿਸ ਦੇ ਬਾਅਦ ਹੁਣ ਅਮਰੀਕਾ ਵੱਲੋਂ ਈਰਾਨ ਦੇ ਟੌਪ ਕਮਾਂਡਰ ਨੂੰ ਹਵਾਈ ਹਮਲੇ 'ਚ ਮਾਰਨ ਦੇ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਸ਼ੁਰੂ ਹੋ ਗਿਆ, ਜਿਸ ਨਾਲ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਵੀ ਮਹਿੰਗਾ ਹੋ ਸਕਦਾ ਹੈ। ਅਮਰੀਕਾ ਦੇ ਇਸ ਹਮਲੇ ਦੇ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਵਾਧਾ ਜਾਰੀ ਰਿਹਾ, ਜਦਕਿ ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 4% ਤੱਕ ਤੇਜ਼ੀ ਆ ਗਈ ਹੈ, ਜਿਸ ਦੇ ਚੱਲਦਿਆਂ ਦਸੰਬਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਜੋ $65 ਪ੍ਰਤੀ ਬੈਰਲ ਸੀ ਉਹ ਹੁਣ ਹੋਰ ਵੀ ਵੱਧ ਸਕਦੀ ਹੈ। ਇੱਥੇ ਦੱਸ ਦਈਏ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਸਾਨੂੰ ਦੂਜੇ ਦੇਸ਼ਾਂ ਤੋਂ ਇਸ ਨੂੰ ਖਰੀਦਣ ਤੇ ਜ਼ਿਆਦਾ ਪੈਸੇ ਖਰਚਣੇ ਪੈਂਦੇ ਨੇ ਅਤੇ ਨਾਲ ਹੀ ਰੁਪਈਏ ਤੇ ਵੀ ਦਬਾਅ ਵੱਧ ਜਾਂਦਾ ਹੈ। ਅਜਿਹੇ 'ਚ ਭਾਰਤ ਨੂੰ ਤੇਲ ਖਰੀਦਣ ਲਈ ਵੱਧ ਡਾਲਰ ਦੇਣੇ ਪੈਂਦੇ ਨੇ ਅਤੇ ਭਾਰਤ ਆਪਣੀ ਲੋੜ ਦਾ 80% ਤੋਂ ਵੱਧ ਤੇਲ ਬਾਹਰੋਂ ਮੰਗਾਉਂਦਾ ਹੈ। ਅਜਿਹੇ ਦੇ ਵਿੱਚ ਮਹਿੰਗਾ ਤੇਲ ਖਰੀਦਣ ਦੇ ਕਾਰਨ ਭਾਰਤ ਦੇ ਵਿੱਚ ਹੋਰਨਾਂ ਚੀਜ਼ਾਂ ਦੇ ਉੱਤੇ ਵੀ ਇਸਦਾ ਅਸਰ ਪਏਗਾ ਅਤੇ ਕੁੱਲ ਮਿਲਾ ਕੇ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਹੋਰ ਵੱਧ ਸਕਦੀ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਬਠਿੰਡਾ 'ਚ ਸਹੁਰੇ ਘਰ ਆਏ ਇੱਕ ਜਵਾਈ ਵੱਲੋਂ ਹੰਗਾਮਾ ਕੀਤਾ ਗਿਆ। ਇਸ ਹੰਗਾਮੇ ਦੌਰਾਨ ਉਸਨੇ ਆਪਣੀ ਗੱਡੀ ਗੁਆਂਢ ਵਿੱਚ ਰਹਿੰਦੇ ਇੱਕ ਲੜਕੇ ਉੱਪਰ ਚੜਾ ਦਿੱਤੀ, ਜਿਸ ਨਾਲ ਉਸਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਬਠਿੰਡਾ ਦੇ ਵਿੱਚ ਇੱਕ ਬਲੈਰੋ ਪਿਕਅਪ ਤੇ ਸਵਾਰ ਸ਼ਰਾਬੀ ਡਰਾਈਵਰ ਨੇ ਦੇਰ ਰਾਤ ਆਪਣੇ ਸਹੁਰੇ ਘਰ ਜਾ ਕੇ ਅਜਿਹਾ ਹੰਗਾਮਾ ਕੀਤਾ ਕਿ ਗੁਆਂਢ 'ਚ ਰਹਿੰਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਇਹ ਸ਼ਖਸ ਆਪਣੇ ਸਹੁਰੇ ਘਰ ਆਇਆ ਸੀ, ਜਿਸ ਤੋਂ ਕੁਝ ਹੀ ਦੂਰ ਕਿਸੇ ਹੋਰ ਰਿਸ਼ਤੇਦਾਰ ਦਾ ਘਰ ਵੀ ਸੀ, ਜਿਸ ਦੀ ਗਲੀ ਦੇ ਵਿੱਚ ਆ ਕੇ ਇਸ ਸ਼ਖਸ ਦੇ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਇੱਕ ਨੌਜਵਾਨ ਦੇ ਉੱਤੇ ਗੱਡੀ ਚੜਾ ਦਿੱਤੀ ਗਈ, ਜਿਸ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ, ਜਿਸ ਦੇ ਬਾਅਦ ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪੂਰਾ ਮਾਮਲਾ ਇਹ ਹੋਇਆ ਜੀ, ਗਵਾਂਢੀਆਂ ਦਾ ਪ੍ਰਾਹੁਣਾ ਸੀਗਾ ਜੀ, ਲੜਾਈ ਫਸਾਦ ਕੀਤਾ ਨੇ ਆ ਕੇ ਸਹੁਰਿਆਂ ਦੇ ਘਰੇ ਕਰਨਾ ਸੀ, ਆਪਦੇ ਉਹਦੇ ਸਹੁਰੇ ਮਾਮੇ ਦੇ ਘਰੇ ਆ ਕੇ ਕੀਤਾ ਉਹਨੇ। ਉੱਥੇ ਲੋਕਾਂ ਨੂੰ ਇਕੱਠੇ ਹੋ ਕੇ ਉਹਨੇ ਦੇਖਿਆ ਤਾਂ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਲੋਕਾਂ 'ਤੇ ਮਾਰਨ ਦੀ, ਉਹ ਮੇਰਾ ਮੁੰਡਾ ਲਪੇਟ 'ਚ ਲੈ ਲਿਆ, ਪਹਿਲਾਂ ਐਕਟਿਵਾ ਫੁੱਟ ਗਈ ਮੇਰੇ ਗੇਟ 'ਚ ਵੱਜੀ ਜਾ ਕੇ ਗੱਡੀ, ਅਤੇ ਮੁੰਡਾ ਲਪੇਟ 'ਚ ਲੈ ਕੇ 20-25 ਕਰਮਾਂ 30 ਕਰਮਾਂ ਤੱਕ ਲਈ ਗਿਆ ਘੜੀਸ ਕੇ ਥੱਲੇ ਗੱਡੀ 'ਚ। ਮੇਰਾ ਬੱਚਾ ਉੱਥੇ ਹੇਠ 'ਤੇ ਚੜ੍ਹਨ ਦੇ ਕਾਰਨ ਗੱਡੀ ਤੋਂ ਥੱਲਿਓ ਨਿਕਲਿਆ ਬੱਚਾ, ਚੱਕ ਕੇ ਅਸੀਂ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਜੀ, ਮੇਰਾ ਬੱਚਾ ਉੱਥੇ ਮਰ ਗਿਆ, ਥਾਂ ਹੀ ਮਰ ਗਿਆ ਜੀ। ਤੁਹਾਡੇ ਨਾਲ ਵੀ ਕੋਈ ਲੜਾਈ ਲੜੂਈ? ਨਹੀਂ ਜੀ, ਸਾਡੇ ਨਾਲ ਕੋਈ ਲੜਾਈ ਫਰਾਦ ਨਹੀਂ ਸੀ, ਸਾਡੇ ਨਾਲ ਕੁਛ ਨਹੀਂ ਸੀ। ਦੂਜੇ ਪਾਸੇ ਪੁਲਿਸ ਦਾ ਵੀ ਕਹਿਣਾ ਹੈ ਕਿ ਉਕਤ ਸ਼ਖਸ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਇਸ ਪੂਰੀ ਘਟਨਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ, ਜਦਕਿ ਮੁਲਜ਼ਮ ਹਾਲੇ ਪੁਲਿਸ ਗ੍ਰਿਫਤ ਤੋਂ ਬਾਹਰ ਹੈ। ਖਰਾਬੀ ਹਾਲਤ ਵਾਪਸ ਭਜਾਉਣ ਲੱਗਿਆ ਅਤੇ ਗਲੀ 'ਚ ਇੱਕ ਗੁਰਵੀਰ ਸਿੰਘ ਨਾਮ ਦਾ ਇੱਕ ਲੜਕਾ ਖੜਾ ਸੀਗਾ, ਗੱਡੀ ਉਹਦੀ ਖੜ ਗਈ, ਉਹਨੂੰ ਜ਼ਖਮੀ ਹਾਲਤ ਦੇ ਵਿੱਚ ਵੈਸੇ ਸਿਵਲ ਹਸਪਤਾਲ ਦਾਖਲ ਕਰਾਇਆ, ਕਿੱਥੇ ਵੀ ਬੈਠਾ।
ਅਸੀਂ ਉਹਨਾਂ ਦੇ ਬਿਆਨਾਂ 'ਤੇ ਜੋ ਵੀ ਬਣਦੀ ਕਾਰਵਾਈ ਹੋਵੇ। ਤੋੜਫੋੜ ਵੀ ਗੱਡੀ ਗੁੱਡੀ ਦੀ ਕੀਤੀ ਗਈ ਹੈ ਬਾਅਦ 'ਚ ਲੋਕਾਂ ਨੇ ਕੁਛ ਇਸ ਤਰ੍ਹਾਂ ਹੈ? ਨਹੀਂ, ਇਸ ਗੱਡੀ ਦੀ ਕੋਈ ਤੋੜਫੋੜ ਨਹੀਂ, ਉਹ ਉਹਨਾਂ ਨੇ ਗਲੇ ਵਗੈਰਾ ਚਲਾਏ ਸੀ ਪਰ ਉਹ ਗੱਡੀ ਦੇ ਮਾੜਾ ਮੋਟਾ ਲੱਗੇ ਕਿ ਜ਼ਿਆਦਾ ਵੀ ਬਾਕੀ ਹਾਂ। ਗ੍ਰਿਫਤਾਰੀ ਸਰ ਹੋਈ ਹੈ ਜੀ? ਫਿਲਹਾਲ ਸਾਜ ਨਹੀਂ ਸਰ, ਪਰ ਖੋਜੇ ਪੁੱਛੇ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ। ਦਿੜਬਾ ਦੇ ਪਿੰਡ ਸੋਲਰ ਵਿੱਚ ਇੱਕ ਢਾਬੇ ਤੇ ਖਾਣੇ ਦੇ ਬਿੱਲ ਨੂੰ ਲੈ ਕੇ ਹੋਏ ਝਗੜੇ ਵਿੱਚ ਕੁਝ ਵਿਅਕਤੀਆਂ ਨੇ ਗੋਲੀਬਾਰੀ ਕਰਕੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦਿੜਬਾ ਦੇ ਸੂਲਰ ਘਰਾਟ ਚ ਦੋ ਗੁੱਟਾਂ ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਦੌਰਾਨ ਗੋਲੀਆਂ ਚੱਲੀਆਂ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਦੱਸ ਦਈਏ ਕਿ ਜ਼ਖਮੀ ਵਿਅਕਤੀ ਦਾ ਆਰੋਪ ਹੈ ਕਿ ਪੁਲਿਸ ਨੇ ਅਜੇ ਤੱਕ ਇੱਕ ਵੀ ਆਰੋਪੀ ਨੂੰ ਹਿਰਾਸਤ ਚ ਨਹੀਂ ਲਿਆ ਹੈ। ਉੱਥੇ ਜ਼ਖਮੀ ਵਿਅਕਤੀ ਦੇ ਦੋਸਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਉਹ ਬੰਦ ਕੀਤੀ ਜਾਵੇ ਅਤੇ ਸਾਨੂੰ ਮਿਲ ਰਹੀਆਂ ਧਮਕੀਆਂ ਨੂੰ ਧਿਆਨ 'ਚ ਰੱਖ ਕੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਅਸੀਂ ਬਾਈ ਜੀ, ਮੈਂ ਅਤੇ ਇੱਕ ਮੇਰਾ ਮਿੱਤਰ, ਅਸੀਂ ਉਰੋਂ ਮੈਰਿਜ 'ਚ ਗਏ ਸੀਗੇ। ਅਸੀਂ ਉਹਨੂੰ ਮਤਲਬ ਕਿ ਪਿੰਡ ਛੱਡਣ ਗਏ ਸੀ ਵੀ ਚਲੋ, ਰਸਤੇ 'ਚ ਅਸੀਂ ਰੋਟ ਖਾਣਾ ਖਾਣ ਲਈ ਰੋਕੇ ਉੱਥੇ ਢਾਬੇ 'ਤੇ। ਉਹ ਢਾਬਾ ਸਾਡੇ ਮਿੱਤਰ ਦੀ ਹੈਗਾ, ਸਾਡੇ ਪਿੰਡ ਦੀ ਹੈਗਾ, ਅਤੇ ਅਸੀਂ ਅਕਸਰ ਉੱਥੇ ਕਈ ਵਾਰੀ ਰੁਕ ਜਾਂਦੇ ਹਾਂ ਖਾਣਾ ਖਾਣ ਲਈ। ਉੱਥੇ ਪਹਿਲੀ ਗੁਰਜੀਤ ਸਰਪੰਚ ਕੈਂਪਰ ਤੋਂ ਅਤੇ ਤਿੰਨ ਮੁੰਡੇ ਸਿਹਾਲ ਦੇ ਸੀਗੇ, ਇੱਕ ਦਗਾਲ ਦਾ, ਅਤੇ 10-12 ਜਣੇ ਬੈਠੇ ਸੀਗੇ। ਇਹ ਖਾਣਾ ਖਾ ਰਹੇ ਸੀ, ਦਾਰੂ ਦੂਰੂ ਪੀ ਰਹੇ ਸੀਗੇ, ਅਤੇ ਇਹਨਾਂ ਦਾ ਬਿੱਲ ਨੂੰ ਲੈ ਕੇ ਕੋਈ ਆਪਸ 'ਚ ਝਗੜਾ ਹੋ ਗਿਆ। ਸਾਡੇ ਪਿੰਡ ਦੇ ਜੋ ਜਿਨ੍ਹਾਂ ਦਾ ਢਾਬਾ ਹੈਗਾ ਉਹਨਾਂ ਨਾਲ ਝਗੜਾ ਹੋ ਗਿਆ, ਅਤੇ ਅਸੀਂ ਵਿੱਚ ਛਡਾਉਣ ਲਈ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਸਾਡੇ 'ਤੇ ਵੀ ਥਾਪੜਾ ਥੋਪੜਾ ਮਤਲਬ ਕਿ ਸਾਡੇ ਨਾਲ ਵੀ ਝਗੜਾ ਸਟਾਰਟ ਕਰ ਦਿੱਤਾ। ਅਤੇ ਝਗੜਾ ਹੁੰਦੇ ਹੁੰਦੇ ਉਹਨਾਂ ਦੇ ਇੱਕ ਬੰਦੇ ਨੇ ਗੱਡੀ 'ਚੋਂ ਅਸਲਾ ਕੱਢ ਕੇ ਸਾਡੇ ਵੱਲ ਫਾਇਰਿੰਗ ਕਰ ਦਿੱਤੀ, ਜੋ ਕਿ ਪਹਿਲਾ ਫਾਇਰ ਹੀ ਮੇਰੇ ਲੱਗਿਆ ਅਤੇ ਇੱਕ ਫਾਇਰ ਉਹਨਾਂ ਨੇ ਹਵਾਈ ਮਾਰਿਆ। ਉਸ ਤੋਂ ਬਾਅਦ ਉਹ ਆਪਣੀਆਂ ਗੱਡੀਆਂ ਚੱਕ ਕੇ ਭੱਜ ਗਏ ਅਤੇ ਇੱਕ ਪਰਸ ਲੈ ਕੇ ਖੋ ਕੇ ਲੈ ਗਏ ਸੀਗੇ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ, ਦੇਖੋ ਜਿਵੇਂ ਇਹ ਗੁੰਡਾਗਰਦੀ ਚੱਲ ਰਹੀ, ਦੇਖੋ ਮੌਕਰੀ ਸਰਕਾਰ ਹੈ, ਅਤੇ ਇਹਦਾ ਮਤਲਬ ਇਹਨਾਂ ਚਾਹੀਦਾ ਤਾਂ ਇਹ ਹੈ, ਦੇਖੋ ਅਸੀਂ ਤਾਂ ਹੁਣ ਆਪਦਾ ਕਾਰੋਬਾਰ ਕਰ ਰਹੇ ਹਾਂ ਜੀ, ਅਤੇ ਕਾਰੋਬਾਰ ਬੰਦ ਪਿਆ ਜੀ। ਹੁਣ ਉਹਨਾਂ ਨੇ ਧਮਕੀਆਂ ਦਿੱਤੀਆਂ ਵੀ ਉਹਨਾਂ ਨੂੰ ਸਾਰਿਆਂ ਨੂੰ ਫੜੋ ਫਟਾਫਟ, ਇਹਦਾ ਹੱਕ ਬਣਦਾ ਜੀ। ਹੁਣ ਥਾਣੇ ਵਾਲਾ ਅਸੀਂ ਪੁਲਿਸ ਕੋਲ ਜਾਈਏ, ਕਿਹਦੇ ਕੋਲ ਜਾਈਏ ਜੀ? ਦੱਸ ਦਈਏ ਕਿ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਨਹੀਂ, ਅਸੀਂ ਉਹਦੇ 'ਚ ਪੂਰੀ ਰੇਡਸ ਕੀਤੀਆਂ ਨੇ, ਬੰਦਾ ਕੋਈ ਵੀ ਏਰੀਏ ਦੇ ਵਿੱਚ ਨਹੀਂ ਹੈ ਇਸ ਵੇਲੇ। ਅਸੀਂ ਬਾਹਰ ਵੀ ਰੇਡਸ ਕਰੇ, ਹਰਿਆਣੇ ਤੱਕ ਵੀ ਅਸੀਂ ਇਹਦੇ 'ਤੇ, ਸਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਸੀ, ਫਤਿਹਾਬਾਦ ਵੀ ਰੇਡ ਕੀਤੀ ਹੈ ਪਰ ਉਹ ਸਾਨੂੰ ਨਹੀਂ ਮਿਲੇ। ਅਤੇ ਮੀਨ ਵਾਈਲ ਇਹਨਾਂ ਨੇ ਕੋਈ ਇਨਕੁਆਇਰੀ ਪਾਈ ਹੈ, SPD ਉਹਨਾਂ ਨੂੰ ਮਾਰਕ ਹੋਈ ਹੈ, ਦੋਨੋਂ ਦੋ ਪਰਚੇ ਦਰਜ ਹੋਏ ਨੇ, ਇੱਕ ਉਦੋਂ ਬਾਅਦ ਵੀ ਅਗਲੇ ਦਿਨ ਵੀ ਹੋਇਆ। ਉਹਦੀ ਇਨਕੁਆਇਰੀ ਕਰਨ ਲਈ SPD ਸਾਹਿਬ ਆਉਣਗੇ ਅਤੇ ਉਹ ਜੋ ਵੀ ਹੋਊਗਾ ਡਿਸੀਜ਼ਨ ਉਦੋਂ ਬਾਅਦ ਹੋ ਜਾਊਗਾ। ਦਿੜਬਾ ਤੋਂ ਵਿਨੋਦ ਕੁਮਾਰ ਗੋਇਲ, ਦੈਨਿਕ ਸਵੇਰਾ TV। ਜਲੰਧਰ ਪੁਲਿਸ ਨੇ ATM ਲੁੱਟਣ ਵਾਲੇ ਇੱਕ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਉਹਨਾਂ ਦੇ ਕਬਜ਼ੇ 'ਚੋਂ ਇੱਕ ਕਾਰ ਤੇ ATM ਲੁੱਟਣ ਵਾਲਾ ਸਮਾਨ ਬਰਾਮਦ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਪੁਲਿਸ ਤੇ CIA ਸਟਾਫ ਵੱਲੋਂ ATM ਮਸ਼ੀਨਾਂ ਨੂੰ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਬੀਪੁਰ ਫਾਟਕ ਦੇ ਨੇੜੇ ਨਾਕਾਬੰਦੀ ਦੌਰਾਨ ਇਨ੍ਹਾਂ ਵਿਅਕਤੀਆਂ ਕੋਲੋਂ ਚੋਰੀ ਦੀ I-20 ਕਾਰ, ਗੈਸ ਕਟਰ ਤੇ ਸਿਲੰਡਰ ਬਰਾਮਦ ਕੀਤੇ ਗਏ ਨੇ। ਇਹਦੇ ਵਿੱਚ 2 ਤਰੀਕ ਸ਼ਾਮ ਨੂੰ ਜਿਹੜਾ CIA ਇੰਸਪੈਕਟਰ ਅਤੇ ਡਿਵੀਜ਼ਨ ਨੰਬਰ 1 ਜਿਹੜਾ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਅਤੇ ਇਹਨਾਂ ਨੇ ਅੰਡਰ ਸੁਪਰਵਿਜ਼ਨ ਜਿਹੜਾ ਮੈਟਰੋਪੋਲ ਵਿਜੀ IPS ਆਫਿਸਰ ਦੀ ਨਿਗਰਾਨੀ ਹੇਠ ਜਿਹੜਾ ਨਾਕਾ ਲਗਾਇਆ ਹੋਇਆ ਸੀਗਾ, ਜਿੱਥੇ 3 ਜਿਹੜੇ ਬੰਦੇ ਇਹਨਾਂ ਕਾਬੂ ਕੀਤੇ, ਰਮਨ, ਲਲਿਤ ਅਤੇ ਰਕੇਸ਼, ਔਰ ਤਿੰਨਾਂ ਨੂੰ ਗ੍ਰਿਫਤਾਰ ਕੀਤਾ, ਔਰ ਜਿਨ੍ਹਾਂ ਤੋਂ I-20 ਗੱਡੀ ਜਿਹੜੀ ਉਹ ਰਿਕਵਰੀ ਕੀਤੀ, ਇੱਕ ਗੈਸ ਕਟਰ ਕੀਤਾ, ਗੈਸ ਸਿਲੰਡਰ ਕੀਤੇ, ਇੱਕ ਜੋੜਾ ਵੈਲਡਿੰਗ ਦਾ। ਇਹਨਾਂ ਦੀ ਜਿਹੜੀ ਫੀਡਬੈਕ ਇਹ ਹੈਗੀ ਹੈ ਕਿ ਜਿਹੜਾ ਰਮਨ ਕੁਮਾਰ ਹੈ ਉਹ ਜੇਲ੍ਹ ਵਿੱਚੋਂ ਆਲਰੇਡੀ ਪਰੋਲ ਜੰਪਰ ਸੀਗਾ, ਇਹਨੇ ਇੱਕ ਕਿਡਨੈਪਿੰਗ ਦਾ ਇਹਦੇ ਖਿਲਾਫ਼ ਪਰਚਾ ਦਰਜ ਹੋਇਆ ਸੀਗਾ 2017 ਦੇ ਵਿੱਚ, ਔਰ ਉਸ ਦੇ ਵਿੱਚ ਇਹਨੇ ਜੇਲ੍ਹ ਦੇ ਵਿੱਚ ਜਦੋਂ ਪਰੋਲ ਜੰਪਰ ਆਇਆ ਸੀ ਉੱਥੇ ਇਹਨੇ ਆਪਣਾ ਜਾਲੀ ਸਰਟੀਫਿਕੇਟ ਪੇਸ਼ ਕਰ ਦਿੱਤਾ, ਮੈਡੀਕਲ ਸਰਟੀਫਿਕੇਟ, ਉਹ ਵੀ ਜਿਹੜਾ ਇਹਦੀ ਵਾਈਫ 'ਤੇ ਜਾਂ ਹੋਰ ਦੇ ਉੱਤੇ ਡਾਕਟਰ ਵਕੀਲ ਸੀ ਉਹਨਾਂ 'ਤੇ ਪਰਚਾ ਦਰਜ ਹੋਇਆ ਸੀਗਾ, ਉਹਦੇ ਵਿੱਚ ਪਰੋਲ ਜੰਪਰ ਸੀਗਾ, ਔਰ ਇਹਦੇ ਨਾਲ 2 ਹੋਰ ਜਿਹੜੇ ਸਾਥੀ ਸੀ, ਇੱਕ ਜਿਹੜਾ ਸੈਕੰਡ ਸੀਗਾ ਲਲਿਤ, ਉਹ ਵੀ ਇਹਦੇ ਨਾਲ ਪਹਿਲਾਂ ਆਲਰੇਡੀ PO ਸੀਗਾ। ਇਹਨਾਂ ਤਿੰਨਾਂ ਨੇ ਪਲਾਨ ਕਰਕੇ ਜਿਹੜਾ ਸੀ ATMs ਲੁੱਟਣ ਦੀਆਂ ਔਰ ਹੋਰ ਵਾਰਦਾਤਾਂ ਕਰਨ ਦੀ ਜਿਹੜੀ ਯੋਜਨਾ ਬਣਾਈ ਸੀਗੀ। ਇਹਨਾਂ ਨੇ ਫਸਟ ਅਟੈਂਪਟ ਜਿਹੜੀ ਕੀਤੀ ਸੀ ਮਾਨਾਵਾਲੇ ਦੇ ਵਿੱਚ ਜਿਹੜੀ ATM ਲੁੱਟਣ ਦੀ, ਉਹ ਵੀ ਸੀ ਬੈਂਕ ਦੇ ਵਿੱਚ, ਪਰ ਉਸ ਤੋਂ ਫੇਲ ਹੋ ਗਏ, ਔਰ ਜਿਹੜਾ ਅੱਜ ਜਿਹੜਾ ਸੀਗਾ ਇਹ ਇਹਨਾਂ ਨੂੰ 2 ਦਿਨ ਪਹਿਲਾਂ 2 ਤਰੀਕ ਨੂੰ CIA ਇੰਸਪੈਕਟਰ ਦੀ ਨਗਰ ਦੀ ਆਪਣਾ ਪਾਰਟੀ ਨੇ ਔਰ ਡਿਵੀਜ਼ਨ ਨੰਬਰ 1 ਦੀ ਪਾਰਟੀ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਨ੍ਹਾਂ ਤੋਂ ਇਹ ਰਿਕਵਰੀ ਕੀਤੀ।
दस दईए कि बीते दिन ही इस गिरोह वालों मानावाले दे विच एक एटीएम लुट्टन की कोशिश की गई, जिस तों बाद पुलिस ने अज इन्हां नूं नाकाबंदी दौरान काबू कर लिया। जलंधर तो विनय शर्मा की रिपोर्ट। सिख प्रचारक भाई रणजीत सिंह ढड्डरियां वाले अते निर्वैर खालसा जथेबंदी दे आगू हरिंदर सिंह खालसा खिलाफ यूके दी संगत ने श्री अकाल तख्त साहिब ते शिकायत दर्ज करवाई है। संगत दा दोष है कि दोवें व्यक्ति सिख कौम विच वंडियां पा रहे ने। सिख प्रचारक रणजीत सिंह ढड्डरियां वाला अते निर्वैर खालसा दे हरिंदर सिंह वर्ग दे खिलाफ सिख जथेबंदियां यूके तो सच श्री अकाल तख्त साहिब दे जथेदार नूं एक शिकायत पत्र देन आईयां ने। मेरे नाल ने यूके दी संगत। सर चांद जी, अज की ढड्डरियां खाले वाले दे खिलाफ मंग पत्र दिता है, जिहड़ी शिकायत कीती है उहदे बारे दस्सो। यूके सिख कौंसल वल्लों पिछले महीने 21 तरीक नूं एक पंथ इकट्ठ करके कुछ मते जिहड़े आ भाई रणजीत सिंह ढड्डरियां वाले ते भाई हरिंदर सिंह खालसा जिहड़े निर्वैर खालसा जथे वल्लों उन्हां दे संबंध विच कुछ मते जिहड़े आ पास किए गए सी। सरदार जसविंदर सिंह जी तो सर हरिंदर सिंह जी यूके तो वफद जिहड़े ये मैमोरेंडम दस्ती देने वास्ते आए ने सिंह साहब नूं, ते उन्हां दे विच यही मंग कीती जथेदार साहब नूं कि इन्हां दोहां संबंधी ठोस कार्रवाई की जाए, क्योंकि ये पंथ दे विच फुट पा रहे ने और सिखी सिद्धांतां नूं काफ़ी जिहड़ी आ उह डैमेज करन वाले पासे ने तुरे होए। रणजीत सिंह ढड्डरियां वाले दा विवाद काफ़ी देर तो सिख कौम दे नाल है, वैसे भी वो एक सिख प्रचारक भी ने। ये उन्हां दा मसला उन्हां नूं यूके दी संगत वालों गुरद्वारा साहिब वालों उन्हां दे उत्ते बैन कर दिता गया, उन्हां नूं प्रचार करन दी किसे बन्ने आग्या नहीं दित्ती जांदी, हर गुरद्वारे दे साहिब तों बैन कर दिता गया। हुण जिहड़ा उन्हां दा अगला प्रचार है, वह तो माफ़ी नहीं मंग रहे किसी भी मामले दे विच। हुण जो माफ़ी नहीं मंग रहे, की लैके चल रही है संगत, की सोच के चल रही है सिख संगत कि रणजीत सिंह ढड्डरियां वाले दे खिलाफ? मते दे विच इही स्पैशली गल जिहड़ी कही गई है कि जिन्ना चिर अकाल तख्त साहिब तों उन्हां संबंधी कोई भी फैसला नहीं आउंदा उन्ना चिर तक इन्हां दोहां बारे यूके दे विच समाजिक बाइकाट जिहड़ा कीता जावे, उहनूं सख्ती नाल जिसे उत्ते अमल कीता जावे, इह उहनां दी जिहड़ी यूके दी सिख संगत दा कहिणा है जी। जी ढड्डरियां वाले की गल करिए, उन्होंने पिछले सोशल मीडिया से वीडियो भी आईया ने, जिदे विच बार बार कह रहे हैं कि मैं अकाल तख्त साहिब ते पेश नहीं होना, मैं उन्होंने अगे नहीं जाना, क्या वो उसनों किस नज़र ना देखा जा रहा है? संगत किस तरह के उन्होंने देख रही है, क्या उस खिलाफ कोई फैसला हो सकता तुहाडे मुताबिक? श्री अकाल तख्त साहिब सिख पंथ की सरमौर संस्था है, जिथों सारे ही फैसले जिहड़े आ सर्वसम्मति नाल लए जांदे ने पंच सिंह साहिब साहिबाना वालों, और साडी सिखी सिधान जिहड़ी श्री अकाल तख्त नाल वापसता होण कारण हर सिख नूं श्री अकाल तख्त साहिब दे सिर झुकाउणा पैंदा है। जे किसी सिख ने कोई कुताही कीती है तो उस बारे श्री अकाल तख्त साहिब दे विचार कीती जांदी है, तो और विचार करन तों बाद उन्हां नूं तनखाही आ और उन्हां कुछ जिहड़ियां धार्मिक सज़ा लवा के उन्हां नूं पंथ दे विच उन्हां दी फिर रसाई हुंदी है। रणजीत सिंह ढड्डरियां वाले संबंधी जिवें श्री अकाल तख्त साहिब वालों पंज मैंबरी कमेटी बना के उहदे वालों विवादित जिहड़ियां ने कथनां दे उत्ते जांच पड़ताल की जा रही है। हुण तक तां उन्हें यही कहा कि मैं पंज मैंबरी कमेटी जां श्री अकाल तख्त साहिब अगे पेश नहीं होवांगा। जे वह पेश नहीं हुंदा तो सारी सिख जगत जाणदी है कि इहो जिहे बंदियां दा पंथ दे विच जिहड़ा रसाई च नहीं हो सकदी, उन्हां नूं जवाब दे होना ही पएगा, नहीं होवेगा तो उन्होंने श्री अकाल तख्त साहब वालों सख्त जिहड़े आदेश जिहड़े आ उह छेकिया भी जा सकदा। जे गल करिए निर्वैर खालसा की, उन्होंने वालों जिहड़ा बयान दिता गया, जिहड़ी गलबात की गई है, जिहड़ा उन्होंने वालों कहा गया गुरु साहिबान बारे, वह बहुत ही निंदन योग है, पर की तुहानूं लगता है कि उन्होंने खिलाफ़ भी इस तरह की कार्रवाई होनी चाहिए? बिल्कुल, निर्वैर खालसा ने जो जिहड़ी गुरु साहब प्रति टिप्पणी की है बहुत ही माड़ी टिप्पणी है, गुरु साहब की ज्योति जोत जोत नूं लैके, और वह इतिहास तो भी अनजाण बंदा गुरु साहब प्रति टिप्पणी करे बर्दाश्त नहीं किया जा सकता, इस करके उन्होंने उत्ते भी सख्त तो सख्त कार्रवाई जी की जानी चाहिए है। शुक्रिया। सो यूके तो आई संगत जी अकाल तख्त साहिब से एक शिकायत पत्र देन आई सी रणजीत सिंह खालसा रणजीत सिंह ढड्डरियां वाले निर्वैर खालसा के वालों जी शब्दावली यूज़ की गई गुरु साहिबान मारे, उस बारे शिकायत का पत्र दर्ज कर श्री अकाल तख्त साहिब से देन आए थे। हुण देखना है कि श्री अकाल तख्त साहिब के जथेदार इन्हों दोवों के खिलाफ की की कार्रवाई करते हैं, की फैसला लेंदे ने, सख्त कार्रवाई उन्होंने खिलाफ़ करन की मंग जी अज की संगत यूके वालों की गई है। कैमरा परसन मुकेश दे नाल ज्योति बहल, दैनिक सवेरा टीवी अमृतसर। ते सन हुण तक दीआं खबरां, मैनूं हरमन नूं दिओ इजाज़त, ज़्यादा जानकारी लई जुड़े रहो दैनिक सवेरा दे नाल।